ਆਪਾਂ ਜੀ ਗੱਡੀਆਂ ਧੋਣ ਵਾਲੀ ਮਸ਼ੀਨ ਘਰੇ ਤਿਆਰ ਕਰਾਂਗੇ ਐਡੀ ਜ਼ਬਰਦਸਤ ਮਸ਼ੀਨ ਤਿਆਰ ਹੋਊਗੀ ਵੀ 2 ਮਿੰਟ ਦੇ ਵਿੱਚ ਤੁਸੀਂ ਗੱਡੀ, ਟਰੈਕਟਰ, ਮੋਟਰਸਾਈਕਲ ਚਾਹੀਏ ਜਹਾਜ਼ ਧੋ ਲਿਓ ਕਰਨਾ ਕੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਆ ਪੋਚਾ ਲਾਉਣ ਵਾਲਾ ਚਾਹੀਦਾ ਜੀ ਕੋਈ ਪੁਰਾਣਾ ਜਿਹਾ ਤੁਹਾਡੇ ਘਰੇ ਪਿਆ ਤਾਂ ਵੀ ਕੰਮ ਚੱਲ ਜੂਗਾ ਇਹਨੂੰ ਆਪਾਂ ਇਸ ਤਰੀਕੇ ਨਾਲ ਪਹਿਲਾਂ ਖੋਲ ਲਾਂਗੇ ਕਿਤੇ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਹੈਗੀ ਗੱਡੀ ਮੋਟਰਸਾਈਕਲ ਧੋਣ ਵਾਸਤੇ ਕਰੀ ਤੁਸੀਂ ਮਿੰਟੋ-ਮਿੰਟ ਧੋ ਸਕਦੇ ਹੋ ਸਾਰੇ ਜਿਗਾਰਡ ਨੂੰ ਤੁਸੀਂ ਸਭ ਤੋਂ ਪਹਿਲਾਂ ਇਸ ਤਰੀਕੇ ਨਾਲ ਬਾਹਰ ਕੱਢ ਲੈਣਾ ਐਸ ਤੋਂ ਬਾਅ ਜਿਹੜੀ ਆਪਣੀ ਬਾਲਾਂ ਤੇ ਲਾਉਣ ਵਾਲੀ ਡ੍ਰਾਇਲ ਮਸ਼ੀਨ ਹੁੰਦੀ ਉਹ ਵੀ ਇਹਨੂੰ ਗਰਮ ਕਰ ਦੂਗੀ ਕਿ ਆਪਾਂ ਨੂੰ ਨਿਪਲ ਚਾਹੀਦਾ ਐਸ ਤਰੀਕੇ ਨਾਲ ਟੈਂਕ ਨਿਪਲ ਨੂੰ ਆਪਾਂ ਇਧਰਲੇ ਪਾਸੇ ਚੜਾ ਦਾਂਗੇ ਇੱਕ ਆਪਾਂ ਨੂੰ ਨਿਪਲ ਹੋਰ ਚਾਹੀਦਾ ਇਹਨੂੰ ਆਪਾਂ ਗਰਮ ਕਰਕੇ ਥੋੜਾ ਜਿਹਾ ਪਾਈਪ ਦੇ ਉੱਤੇ ਚੜਾ ਦਾਂਗੇ ਜਿਹੜੀ ਆਪਣੀ ਪੋਚਾ ਲਾਉਣ ਵਾਲੀ ਪਾਈਪ ਹੈ ਇੱਕ ਆਪਾਂ ਨੂੰ ਚਾਹੀਦੀ ਹੈ ਜੀ ਇਹ ਐਲਬੋਸ ਟਾਈਪ ਦੀ ਇਹਨੂੰ ਆਪਾਂ ਇਧਰਲੇ ਪਾਸੇ ਦੇ ਦੇ ਫਿੱਟ ਕਰ ਦਾਂਗੇ ਸਲੋਚਨ ਜਲਾ ਕੇ ਜਿਹੜਾ ਟੂਟੀ ਵਾਲੀਆਂ ਪਾਈਪਾਂ ਤੇ ਫਿੱਟ ਕਰਨ ਵਾਲਾ ਹੁੰਦਾ ਹੈ ਲਾਉਣ ਵਾਲਾ ਹੁੰਦਾ ਇਹਨਾਂ ਦੇ ਜੋੜ ਇਸ ਤਰੀਕੇ ਨਾਲ ਇਹਨੂੰ ਆਪਾਂ ਇਧਰਲੇ ਪਾਸੇ ਹੁਣ ਫੁੱਲ ਫਿੱਟ ਕਰਤਾ ਜੀ ਇੱਥੋਂ ਜਿਵੇਂ ਇਹ ਆਪਣਾ ਕੰਮ ਹੋ ਗਿਆ ਜੀ ਡਨ ਹੁਣ ਆਪਾਂ ਨੂੰ ਪਾਈਪ ਚਾਹੀਦੀ ਹੈ ਜੀ ਇੱਕ ਜਿਹੜੀ ਨਾਲ ਆਪਾਂ ਗੱਡੀ ਧੋਣਿਆ ਕਰੇ ਮੋਟਰਸਾਈਕਲ ਨੇ ਜੀ ਫਿੱਟ ਹੈ ਠੀਕ ਹੈ ਫਿਰ ਇਹਦੇ ਤੇ ਆਹ ਚੜ ਜੂਗੀ ਇਸ ਤਰੀਕੇ ਨਾਲ ਇਹਦੇ ਤੇ ਚੜ ਜੂਗੀ ਫੁੱਲ ਤੁਸੀਂ ਟਾਈਟ ਕਰ ਲਓ ਕਿਤੇ ਤੁਹਾਨੂੰ 200 400 ਰੁਪਏ ਖਰਾਬ ਕਰਨ ਦੀ ਲੋੜ ਨਹੀਂ ਗੱਡੀ ਧੋਣ ਵੇਲੇ ਗੱਡੀ ਦੇ ਉੱਤੇ ਕਪੜਾ ਲੱਗ ਦੋ ਮਾਰਨਾ ਪੈਂਦਾ ਪਾਣੀ ਅਲੱਗ ਤੋਂ ਮਾਰਨਾ ਪੈਂਦਾ ਹੈ ਸਰਫ ਲੱਗ ਦੋ ਮਾਰਨਾ ਪੈਂਦਾ ਬਾਲੀਆਂ ਦੇ ਇੱਕ ਤਾਂ ਹੁੰਦੀਆਂ ਨੇ ਪਰ ਆਪਾਂ ਸਾਰਾ ਜਿਗਾਰ ਇਹਦੇ ਨਾਲ ਹੀ ਕਰਾਂਗੇ ਦੇਖੋ ਤੁਸੀਂ ਪਾਣੀ ਇਧਰਲੇ ਪਾਸੇ ਦੀ ਚ ਆਉਣ ਲੱਗ ਗਿਆ ਪੁੱਛੇ ਹੁਣ ਨਾਲ ਦੀ ਨਾਲ ਦੇਖੋ ਗੱਡੀ ਤੇ ਸਾਰੀ ਤੇ ਆਪਣੇ ਤੋਂ ਹੱਥ ਵੀ ਨਹੀਂ ਵੱਜਦਾ ਜਦੋਂ ਤੁਸੀਂ ਦੇਖਦੇ ਹੋ ਸਭ ਤੋਂ ਪਹਿਲਾਂ ਤੁਸੀਂ ਪਾਣੀ ਮਾਰਦੇ ਹੋ ਸਾਰੀ ਗੱਡੀ ਤੇ ਜਦੋਂ ਤੱਕ ਤੁਸੀਂ ਪਾਣੀ ਮਾਰ ਕੇ ਦੂਰ ਕਪੜਾ ਮਾਰਨ ਲੱਗਦੇ ਹੋ ਅੱਧੀ ਗੱਡੀ ਜਿਹੜੀ ਤੁਹਾਡੀ ਉਹ ਸੁੱਕ ਜਾਂਦੀ ਹੈ ਪਰ ਇਹ ਨਾਲ ਦੀ ਨਾਲ ਪਾਣੀ ਮਾਰੂਗਾ ਨਾਲ ਦੀ ਨਾਲ ਗੱਡੀ ਨੂੰ ਸਾਫ਼ ਕਰੂਗਾ ਨਾਲ ਦੀ ਨਾਲ ਤੁਹਾਡਾ ਜਿਹੜਾ ਰੇਤ ਹੈ ਦਾਗ ਨੇ ਪੱਕੇ ਲੱਗੇ ਹੋਏ ਗੱਡੀ ਤੇ ਉਹ ਸਾਰੇ ਲੈ ਜਾਣਗੇ ਬਾਕੀ ਤੁਸੀਂ ਲਾਈਵ ਦੇਖ ਲਓ ਵੀ ਆਪਾਂ ਤੁਹਾਡੇ ਸਾਹਮਣੇ ਗੱਡੀ ਧ ਕਰ ਜਾਂਦੇ ਆ ਇੱਕ ਵੀਰ ਪਹਿਲਾਂ ਪਾਣੀ ਮਾਰਨਾ ਪਊਗਾ ਫਿਰ ਕੱਪੜਾ ਮਾਰਨਾ ਪਊਗਾ ਸਾਰੀ ਗੱਡੀ ਤੇ ਬਹੁਤ ਜ਼ਿਆਦਾ ਸਮਾਂ ਖਰਾਬੂਗਾ ਫਿਰ ਸਰਫ ਮਾਰ ਕੇ ਫਿਰ ਪਾਣੀ ਮਾਰਨਾ ਪਊਗਾ ਪਰ ਆ ਸਭ ਤੋਂ ਵਧੀਆ ਟ੍ਰਿਕ ਹੈ ਮੈਂ ਕਹਿੰਦਾ ਜੇ ਤੁਸੀਂ ਸਰਫ ਨਹੀਂ ਵੀ ਮਾਰਨਾ ਕੋਈ ਸ਼ੈਂਪੂ ਨਹੀਂ ਗੱਡੀ ਤੇ ਮਾਰਨਾ ਤਾਂ ਵੀ ਤੁਹਾਡੀ ਗੱਡੀ ਬਿਲਕੁਲ ਨਵੀਂ ਬਣ ਜੂਗੀ ਜਦੋਂ ਤੁਸੀਂ ਆ ਮਸ਼ੀਨ ਨਾਲ ਧੋਹੋਂਗੇ ਆ ਦੇਖੋ ਪਾਣੀ ਨਾਲ ਦੀ ਨਾਲ ਚੱਲੀ ਜਾਂਦੇ ਪਾਈਪ ਦੇ ਵਿੱਚ ਜਿੱਥੇ ਜਿੱਥੇ ਰੇਤਾ ਲੱਗਿਆ ਹੋਇਆ ਨਾਲ ਦੀ ਨਾਲੇ ਸਾਫ਼ ਕਰੀ ਜਾਂਦੀ ਏ ਨਾਲ ਦੀ ਨਾਲ ਪਾਣੀ ਨਾਲੇ ਸਾਰਾ ਲਈ ਜਾਂਦਾ ਸਾਫ਼ ਹੋਈ ਜਾਂਦਾ ਆ ਦੇਖੋ ਜੀ ਕਿੰਡੀ ਜ਼ਬਰਦਸਤ ਟ੍ਰਿਕ ਹੈ ਮੈਂ ਕਹਿੰਦਾ ਵੀ ਜਿਹੜੇ ਗੱਡੀਆਂ ਧੋਣ ਵਾਲ ਚਾਹੀਦਾ ਹੈ ਘਰਾਂ ਦੇ ਵਿੱਚ ਤਾਂ ਹਰੇਕ ਬੰਦਾ ਇਹ ਜਿਗਾਰਡ ਕਰ ਲੋ ਪੁਰਾਣੇ ਪੋਚੇ ਆਪਣੇ ਆਮ ਪਈ ਹੁੰਦੇ ਨੇ ਨਹੀਂ ਹੈਗੇ ਤਾਂ 150 ਰੁਪਏ ਦਾ ਪੋਚਾ ਜ ਆ ਜਾਂਦਾ ਨਾਰਮਲ ਜੇ ਤੁਸੀਂ ਲੈ ਆਇਓ ਤੇ ਆਰਾਮ ਨਾਲ ਤੁਸੀਂ ਨਜ਼ਾਰੇ ਲਓ ਫੁੱਲ ਆਪਦੀ ਗੱਡੀ ਨੂੰ ਜਦੋਂ ਮਰਜੀ ਧੋ ਲੋ ਚਾਹੀ ਦਿਨ ਦੇ ਵਿੱਚ ਤੁਸੀਂ ਦੋ ਵਾਰੀ ਗੱਡੀ ਨੂੰ ਧੋ ਲੋ ਤਾਂ ਵੀ ਕੋਈ ਦਿੱਕਤ ਨਹੀਂ ਇਸ ਤੋਂ ਬਾਅਦ ਇੱਥੇ ਆਪਾਂ ਸਰਫ ਛੱਡ ਦਨੇ ਆ ਸਰਫ ਵੀ ਆਪਾਂ ਕੀ ਕਰਦੇ ਆ ਕੱਪੜਾ ਘਸਾਉਣਾ ਪੈਂਦਾ ਨਹੀਂ ਸਿੱਧੀ ਤੁਸੀਂ ਸਰਫ ਖੋਲ ਕੇ ਗੱਡੀ ਤੇ ਡੋਲ ਦੋ ਉਸ ਤੋਂ ਬਾਅਦ ਇਹ ਕੱਪੜਾ ਜਿਹੜਾ ਆਪਣਾ ਹ ਜਿਗਾਰਡ ਲੱਗਿਆ ਹੋਇਆ ਆਪਣਾ ਪੋਚਾ ਵਾਲਾ ਸਾਰਾ ਗੱਡੀ ਤੇ ਚੰਗੀ ਤਰ੍ਹਾਂ ਨਾਲ ਸਾਰੇ ਰਾਸੇ ਫੈਲ ਜੂਗਾ ਇਹ ਸਰਫ ਤੇ ਚੰਗੀ ਤਰੀਕੇ ਨਾਲ ਸਾਰੇ ਜਿੰਨੇ ਵੀ ਗੱਡੀ ਤੇ ਆਪਣੀ ਤੇ ਦਾਗ ਨੇ ਸਾਰੇ ਸਾਫ ਹੋ ਜਾਣਗੇ ਆ ਦੇਖੋ ਦੋ ਚੀਜ਼ਾਂ ਮੈਂ ਆਣ ਐ ਲੱਗਦਾ ਵੀ ਗੱਡੀ ਆਪਣੀ ਨਵੀਂ ਹੋ ਗਈ ਹੋਵੇ ਜਿੰਦਗੀ ਦੇ ਵਿੱਚ ਮੈਨੂੰ ਲੱਗਦਾ ਵੀ ਕਿਸੇ ਨੇ ਇਸ ਤਰੀਕੇ ਨਾਲ ਗੱਡੀ ਧੋਣ ਵਾਲਾ ਜਿਗਾਰਡ ਤਿਆਰ ਕਰਿਆ ਹੋਊਗਾ ਪਰ ਬੜਾ ਜਬਰਦਸਤ ਜਿਗਾਰਡ ਹੈ ਹਰੇਕ ਬੰਦਾ ਇਹਨੂੰ ਘਰੇ ਤਿਆਰ ਕਰ ਲਓ ਵਰਤ ਲਓ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਲੋਕ ਘੌਲ ਕਰ ਜਾਂਦੇ ਨੇ ਗੱਡੀਆਂ ਨੂੰ ਧੋਣ ਦੀ ਜਰ ਲੱਗ ਜਾਂਦੀ ਹੈ ਖੜੀਆਂ ਗੱਡੀਆਂ ਨੂੰ ਉਹਨਾਂ ਵਾਸਤੇ ਇਹ ਜਬਰਦਸਤ ਜਿਗਾਰਡ ਹੈ ਉਹ ਇਹ ਜਿਗਾਰਡ ਤੋਂ ਕੰਮ ਲੈਣਾ ਵਜੇ ਗੱਡੀਆਂ ਮ ਦੇ ਨਾਲ ਤੋਂ ਹੋ ਸਕਦੇ ਹੋ ਬਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਜਗਾੜ ਤਿਆਰ ਕਰੋ